ਜ਼ਿਲ੍ਹਾ ਬਰਨਾਲਾ ਦੇ ਪਿੰਡ ਠਿਕਰੀਵਾਲਾ ਵਿੱਚ ਇੱਕ ਕਿਸਾਨ ਨੇ ਆਰਥਿਕ ਤੰਗੀ ਦੇ ਕਾਰਨ ਆਪਣੇ ਹੀ ਘਰ ਵਿੱਚ ਪੱਖੇ ਦੇ ਨਾਲ ਫਾਂਸੀ ਦਾ ਫੰਦਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਉਕਤ ਵਿਅਕਤੀ ਨੇ ਖੁਦਕੁਸ਼ੀ ਤੋਂ ਪਹਿਲਾਂ ਇੱਕ ਖੁਦਕੁਸ਼ੀ ਨੋਟ ਲਿਖਿਆ ਜਿਸ ਵਿੱਚ ਉਸਨੇ ਆਪਣੀ ਮੌਤ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਇਆ। ਅੱਜ ਕੀ ਨਾਮ ਬਿਲੀ? ਬਹਾਦਰ ਸਿੰਘ ਜੀ, ਪਿੰਡ ਠੀਕਰੀਵਾਲ। ਮੈਂ ਜਸਵੀਰ ਸਿੰਘ ਔਰ ਪਰਮੀਤ ਸਿੰਘ, ਇਹਨਾਂ ਦਾ ਬਿਲਕੁਲ ਗੁਆਂਢੀ ਹਾਂ। ਅਤੇ ਅੱਗੇ ਵੀ ਉਹ ਤਕਰੀਬਨ ਵੱਡੇ ਦਿਨ ਉੱਠਦਾ ਸੀ, ਜਦੋਂ ਨਾਮ ਕਾਫੀ ਸਮੇਂ ਤੱਕ ਉੱਠਿਆ ਤਾਂ ਉਹਨਾਂ ਦਾ ਛੋਟਾ ਬ੍ਰਦਰ ਜਿਹੜਾ ਹੈਂਡੀਕੈਪਟ ਆ, ਉਹਨੇ ਦੇਖਿਆ ਵੀ ਉੱਠਿਆ ਨਹੀਂ, ਉਹਨੇ ਬਾਹਰ ਖੜਕਾਇਆ ਜੀ, ਅਤੇ ਉਹ ਨਹੀਂ ਬੋਲਿਆ। ਫਿਰ ਉਹਨੇ ਸਾਨੂੰ ਆਂਢ ਗੁਆਂਢ ਨੂੰ ਸੱਦ ਕੇ ਦੇਖਿਆ, ਤਾਂ ਜਦੋਂ ਅਸੀਂ ਬਾਹਰ ਨੂੰ ਧੱਕਾ ਲਾਇਆ ਤਾਂ ਉਹ ਉੱਪਰ ਪੱਖੇ ਨਾਲ ਲਟਕ ਰਿਹਾ ਸੀ ਸਾਡੇ ਬਿਲਕੁਲ ਸਾਹਮਣੇ। ਉਸ ਤੋਂ ਬਾਅਦ ਉਹਨੂੰ ਲਾਇਆ ਹੈਗਾ ਜੀ, ਅਤੇ ਇੱਕ ਉਹਨੇ ਆਹ ਨੋਟ ਲਿਖਿਆ, ਸਾਈਡ ਨੋਟ ਜੀ, ਉਹਦੇ 'ਚ ਉਹਨੇ ਮੋਦੀ ਨੂੰ ਜ਼ਿੰਮੇਵਾਰ ਠਹਿਰਾਇਆ। ਪਰ ਸਰਕਾਰਾਂ ਕਹਿੰਦੀਆਂ ਬਹੁਤ ਕੁਛ ਨੇ ਕਰਦੀਆਂ ਕੁਛ, ਚਾਹੇ ਕੋਈ ਵੀ ਸਰਕਾਰ ਹੋਵੇ, ਚਾਹੇ ਅਕਾਲੀ ਦੀ ਸਰਕਾਰ ਹੋਵੇ, ਚਾਹੇ ਮਤਲਬ ਕਾਂਗਰਸ ਹੋਵੇ, ਚਾਹੇ ਕੋਈ ਵੀ ਸਰਕਾਰ ਹੋਵੇ, ਵਾਅਦੇ ਤਾਂ ਬਹੁਤ ਕਰਦੀਆਂ, ਪਰ ਕਿਸਾਨਾਂ ਜੇ ਉਹ ਵਾਅਦੇ ਪੂਰੇ ਕਰਨ ਤਾਂ ਕਿਸਾਨ ਖੁਦ ਕਿਸੇ ਕਰਜ਼ ਆਰਥਿਕ ਤੰਗੀ ਦੇ ਕਾਰਨ ਹੀ ਪਰੇਸ਼ਾਨ ਸੀ ਜੀ। ਤਿੰਨ ਭਰਾ ਸੀਗੇ, ਅਤੇ ਇਹਨਾਂ ਦੇ ਪਿਤਾ ਜੀ ਕੋਲ ਸਿਰਫ 4 ਏਕੜ ਜ਼ਮੀਨ, ਜਿਹੜੀ ਉਹ ਸੰਤ ਜਿਹੜਾ ਟਰੈਕਟਰ ਮੰਗ ਕੇ ਜਾਂ ਹੋਰ ਖੇਤੀ ਕਰਦੇ ਸੀ, ਉਹ ਤੁਹਾਨੂੰ ਪਤਾ ਹੀ ਵੀ ਇੰਨੇ ਏਕੜ ਦੇ ਜੀ ਕਿੱਥੋਂ ਬੰਦਾ। ਸਰਕਾਰ ਤੋਂ ਕੀ ਮੰਗਦੇ ਜੀ? ਸਰਕਾਰ ਤੋਂ ਮੈਂ ਕਹਿੰਦਾ ਜੀ ਇਹਨਾਂ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ ਵੱਧ ਤੋਂ ਵੱਧ। ਮੇਰਾ ਨਾਮ ਦਿਲਵਰ ਸਿੰਘ ਹੈ ਜੀ। ਕੀ ਕਪਾਤਾ ਤੋਂ ਹੋਇਆ? ਮੇਰੇ ਪਿੰਡ ਦਾ ਹਰਮੀਤ ਸਿੰਘ ਉਰਫ ਜਸਵੀਰ ਸਿੰਘ ਆਹ ਨਾ ਲੈ ਲਿਆ, ਜਿਸ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਖਤਮ ਕੀਤੀ। ਕਿਸ ਕਰਕੇ? ਆਰਥਿਕ ਤੰਗੀ ਦੇ ਕਾਰਨ ਉਹਨੇ ਆਪਣਾ ਇਹ ਘਰ ਰੱਖ ਲਿਆ। ਇੱਥੇ ਕੀ ਲਿਖਿਆ? ਇੱਕ ਸੁਸਾਈਡ ਵੀ ਉਸਨੇ ਲਿਖਿਆ, ਜਿਹਦੇ ਵਿੱਚ ਉਸਨੇ ਪ੍ਰਧਾਨ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ। ਸਾਰੀ ਆਰਥਿਕ ਤੰਗੀ ਦੀ ਆਪਦੀ ਦੱਸਿਆ ਵੀ ਮੈਨੂੰ ਪੈਸੇ ਨਹੀਂ ਮਿਲ ਰਹੇ, ਇਸ ਕਾਰਨ ਮੈਂ ਆਪਣੇ ਜੀਵਨ ਲੀਲਾ ਖਤਮ ਕਰ। ਡਾਕਟਰ ਰੁਕਾ ਆਇਆ ਸੀ ਕਿ ਜਸਵੀਰ ਸਿੰਘ ਔਰ ਹਰਮੀਤ ਸਿੰਘ ਵਾਸੀ ਠੀਕਰੀਵਾਲਾ, ਜੋ ਕਿ ਮ੍ਰਿਤਕ ਘੋਸ਼ਿਤ ਹੈ, ਕਾਰ ਵੀ ਕੀਤੀ ਗਿਆ, ਜਿਸ 'ਤੇ ਅੱਜ ਮੈਂ ਅਤੇ ਕਬੀਰ ਸਿੰਘ ਪੁੱਜੇ ਸੀ, ਜਿੱਥੇ ਅਜੀਤ ਸਿੰਘ ਆ ਪੁੱਤਰ ਆਪਣੇ ਉਸਦਾ ਜਿਹੜਾ ਪਿਤਾ ਗਾ ਉਸ ਨੇ ਮਿਲਿਆ, ਜਿਹਦੇ ਬਿਆਨਾਂ 'ਤੇ ਅਸੀਂ ਕਾਰਵਾਈ ਕੀਤੀ ਜਾ ਰਹੀ ਹੈ। ਖੁਦਕੁਸ਼ੀ ਦਾ ਕਾਰਨ ਕੀ ਲੱਭਿਆ ਪੁਲਿਸ ਨੇ? ਖੁਦਕੁਸ਼ੀ ਦਾ ਕਾਰਨ ਹਾਲੇ ਤੱਕ ਸਾਨੂੰ ਜਿਹੜੇ ਪਿਤਾ ਵੱਲੋਂ ਪੁੱਛ ਰਿਹਾ, ਕਹਿੰਦੇ ਵੀ ਆਰਥਿਕ ਤੰਗੀ ਕਰਦੇ ਦਿਮਾਗੀ ਪਰੇਸ਼ਾਨ, ਕਹਿੰਦੇ ਖੁਦਕੁਸ਼ੀ ਕੀਤੀ। ਅੱਛਾ, ਇੱਕ ਉਹਦੇ ਕੋਲੋਂ ਗੁਰਚਰਨ ਸਿੰਘ ਜੀ ਵੀ ਸੁਸਾਈਡ ਵੀ ਨੋਟ ਮਿਲਿਆ ਗਾ ਸਾਨੂੰ, ਇਹਨਾਂ ਦੇ ਜਿਹੜੇ ਪਰਿਜਨ ਆ, ਪਰਿਵਾਰ ਪਰਿਜਨ, ਉਹ ਮੇਰੇ ਧਿਆਨ ਵਿੱਚ ਨੇ ਹਾਲੇ ਤੱਕ। ਸੁਸਾਈਡ ਦੀ ਕੋਈ ਜਾਂਚ ਕਰੋਗੇ ਤੁਸੀਂ? ਜੇ ਹਾਂ, ਜੇ ਤੁਹਾਨੂੰ ਮਿਲਿਆ ਤਾਂ ਅਸੀਂ ਕਰਾਂਗੇ। ਉਹਦੇ ਲਈ ਅਸੀਂ ਕਾਰ ਵੀ ਲਿਖਤੀ ਪਰ ਕਰੇ ਹਾਂ, ਜਿਸ ਤਰ੍ਹਾਂ ਮੈਨੂੰ ਫਿਕਰ। ਉਹ ਤਾਂ ਜਿਵੇਂ ਖਾਸ ਤੌਰ 'ਤੇ ਪੀ ਐੱਮ ਮੋਦੀ ਦਾ ਨਾਮ ਲਿਖ ਕੇ ਉਹਨੇ ਕਿਹਾ ਕਿ ਉਹਨਾਂ ਮੇਰੇ ਜ਼ਿੰਮੇਵਾਰ ਹੋਏ ਮੌਤ ਦੇ ਕਾਰਨ। ਨਹੀਂ, ਮੈਨੂੰ ਹਾਲੇ ਤੱਕ ਸੂਰਿਆ ਨੋਟ ਸੀ। ਨਹੀਂ ਜੀ, ਮਤਲਬ ਕਿ ਇਸ ਤਰ੍ਹਾਂ ਕੋਈ, ਉਹ 'ਤੇ ਵੀ ਕੋਈ ਇਸ ਤਰ੍ਹਾਂ ਕੋਈ ਐਕਸ਼ਨ ਲਿੱਤਾ ਜਾਊਗਾ ਫਿਰ? ਫਿਰ ਉਹ ਸੀਨੀਅਰ ਆਫਿਸਰ ਧਿਆਨ 'ਚ ਲੈ ਕੇ ਜੇ ਅਸੀਂ ਕਰ।